ਭਾਰਤ ਅਤੇ ਕੈਨੇਡਾ ਦੇ ਸਬੰਧ ਹਰਦੀਪ ਸਿੰਘ ਨਿਜਰ ਮਸਲੇ ਤੇ ਲਗਾਤਾਰ ਤਣਾਅਪੂਰਨ ਬਣੇ ਹੋਏ ਨੇ ਕੈਨੇਡਾ ਨੇ ਜਿਹੜਾ ਤਾਜ਼ਾ ਬਿਆਨ ਦਿੱਤਾ ਹੈ ਕਿ ਉਹ ਆਪਣੇ ਇਲਜ਼ਾਮਾਂ ਤੇ ਹਾਲੇ ਤੱਕ ਕਾਇਮ ਹੈ ਨਿਜਰ ਮਸਲੇ ਤੇ ਭਾਰਤ ਤੇ ਜੋ ਇਲਜ਼ਾਮ ਲਾਏ ਨੇ ਕਿ ਭਾਰਤੀ ਏਜੰਟਾਂ ਦੇ ਵੱਲੋਂ ਨਿਜਰ ਨੂੰ ਖਤਮ ਕੀਤਾ ਗਿਆ ਉਹ ਕਹਿੰਦੇ ਅਸੀਂ ਆਪਣੇ ਬਿਆਨ ਤੇ ਕਾਇਮ ਹਾਂ ਜਿਸ ਤੋਂ ਬਾਅਦ ਭਾਰਤ ਨੇ ਤਿੱਖਾ ਜਵਾਬ ਵੀ ਦਿੱਤਾ ਸੀ ਤੇ ਹੁਣ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੇ ਖਿਲਾਫ ਸਾਜ਼ਿਸ਼ ਤੇ ਦੋਸ਼ ਵਿੱਚ ਗ੍ਰਿਫਤਾਰ ਤਿੰਨ ਭਾਰਤੀਆਂ ਨੇ ਹਾਲੇ ਤੱਕ ਸਫਾਰਤੀ ਰਸਾਈ ਨਹੀਂ ਮੰਗੀ ਜੈਸਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਨੇ ਹਾਲੇ ਤੱਕ ਭਾਰਤ ਨੂੰ ਇਸ ਮਾਮਲੇ 'ਚ ਕੋਈ ਵਿਸ਼ੇਸ਼ ਸਬੂਤ ਜਾਂ ਫਿਰ ਜਾਣਕਾਰੀ ਮੁਹੱਈਆ ਹੀ ਨਹੀਂ ਕਰਵਾਈ ਕਹਿੰਦੇ ਕੈਨੇਡਾ ਨੇ ਉਹਨਾਂ ਨੂੰ ਸਿਰਫ ਉਪਰੋਕਤ ਗ੍ਰਿਫਤਾਰੀਆਂ ਬਾਰੇ ਸੂਚਿਤ ਕੀਤਾ ਪਰ ਇਸ ਵਿਸ਼ੇ ਦੇ ਕੋਈ ਰਸਮੀ ਕੂਟਨੀਤਿਕ ਚਿੱਠੀ ਪੱਤਰ ਨਹੀਂ ਭੇਜਿਆ ਜੈਸਵਾਲ ਨੇ ਆਪਣੀ ਹਫਤਾਵਰੀ মিডিਆ ਬਰੀਫਿੰਗ ਦੇ ਵਿੱਚ ਕਿਹਾ ਕਿ ਮੈਂ ਸਪਸ਼ਟ ਕਰ ਦਿੰਦਾ ਕੈਨੇਡੀਅਨ ਅਥਾਰਟिटीज ਨੇ ਹਾਲੇ ਤੱਕ ਨਿਜਰ ਮਾਮਲੇ 'ਚ ਕੋਈ ਖਾਸ ਜਾਂ ਸਬੰਧਿਤ ਸਬੂਤ ਜਾਂ ਫਿਰ ਜਾਣਕਾਰੀ ਸਾਂਝੀ ਨਹੀਂ ਕੀਤੀ। ਲਿਹਾਜ਼ਾ ਤੁਸੀਂ ਸਾਡੇ ਵਿਚਾਰ ਨੂੰ ਸਮਝੋਗੇ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ رائے ਕਾਇਮ ਕੀਤੀ ਜਾ ਰਹੀ ਹੈ। ਜ਼ਾਹਿਰ ਤੌਰ ਤੇ ਸਿਆਸੀ ਹਿੱਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅਸੀਂ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਾਂ ਕਿ ਹਿੰਸਾ ਦੀ ਵਕਾਲਤ ਜਾਂ ਹਮਾਇਤ ਕਰਨ ਵਾਲਿਆਂ ਵੱਖਵਾਦੀਆਂ ਤੇ ਕੱਟੜ ਪੰਥੀਆਂ ਨੂੰ ਕੈਨੇਡਾ ਦੇ ਵਿੱਚ ਸਿਆਸੀ ਜ਼ਮੀਨ ਦਿੱਤੀ ਜਾ ਰਹੀ ਹੈ। ਉੱਥੇ ਰਹੇ ਸਾਡੇ ਡਿਪਲੋਮੇਟਾਂ ਨੂੰ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਕੰਮ ਕਰਨ ਤੋਂ ਰੋਕਣ ਲਈ ਅੜਿੱਕੇ ਡਾਹੇ ਜਾ ਰਹੇ ਨੇ ਕਹਿੰਦੇ ਅਸੀਂ ਕੈਨੇਡੀਅਨ ਅਥਾਰਟिटीज ਦੇ ਧਿਆਨ ਵਿੱਚ ਵੀ ਲਿਆਂਦਾ ਹੈ ਕਈ ਵਾਰੀ ਕਿ ਕੁਝ ਲੋਕ ਜੋ ਭਾਰਤ ਵਿੱਚ ਸੰਗਠਿਤ ਅਪਰਾਧ ਨਾਲ ਸ਼ਾਮਿਲ ਨੇ ਜੁੜੇ ਹੋਏ ਨੇ ਉਹਨਾਂ ਨੂੰ ਕੈਨੇਡਾ ਵਿੱਚ ਦਾਖਲਾ ਤੇ ਰਹਿਣ ਦੀ ਥਾਂ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਹੈ ਜਿਹਾ ਬੰਦ ਕੀਤਾ ਜਾਵੇ ਉਧਰ ਭਾਰਤ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦਰਮਿਆਨ ਰੂਸ ਨੇ ਅਮਰੀਕਾ ਦੇ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੇ ਮਾਮਲੇ ਤੇ ਇੱਕ ਸੰਸਨੀ ਖੇਸ ਦਾਵਾ ਕੀਤਾ ਹੈ ਰੂਸ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਭਾਰਤ ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੱਕ ਦੇਸ਼ ਵਜੋਂ ਉਸ ਦਾ ਸਨਮਾਨ ਵੀ ਅਮਰੀਕਾ ਨਹੀਂ ਕਰ ਰਿਹਾ ਦਰ ਇਸ ਅਲੂਸਿਵ ਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਤੋਂ ਪੰਨੂ ਮਾਮਲੇ ਵਿੱਚ ਭਾਰਤ ਤੇ ਅਮਰੀਕਾ ਦੇ ਦੋਸ਼ਾਂ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਜ਼ਖਾਰੋਵਾ ਨੇ ਕਿਹਾ ਕਿ ਅਮਰੀਕਾ ਭਾਰਤ ਤੇ ਬੇਬੁਨਿਆਦ ਦੋਸ਼ ਲਾ ਕੇ ਭਾਰ ਦਾ ਅਪਮਾਨ ਕਰ ਰਿਹਾ ਹੈ ਬੁਲਾਰਾ ਮਾਰੀਆ ਨੇ ਦੋਸ਼ ਲਾਇਆ ਕਿ ਅਮਰੀਕਾ ਭਾਰਤ ਦੀ ਅੰਦਰੂਨੀ ਸਿਆਸੀ ਸਥਿਤੀ ਨੂੰ ਅਸੰਤੁਲਿਤ ਕਰਨ ਤੇ ਆਮ ਚੋਣਾਂ ਨੂੰ ਵੀ ਪਚੀਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਨੇ ਹੀ ਨਹੀਂ ਰੂਸ ਨੇ ਪੰਨੂ ਮਾਮਲੇ 'ਚ ਅਮਰੀਕਾ ਨੂੰ ਤਾੜਨਾ ਵੀ ਕੀਤੀ ਭਾਰਤ ਦਾ ਇੱਕ ਐਕ ਕਿਸਮਰਥਨ ਕੀਤਾ ਕਿ ਅਮਰੀਕਾ ਨੇ ਹਾਲੇ ਤੱਕ ਦੋਸ਼ਾਂ ਤੇ ਇੱਕ ਵੀ ਸਬੂਤ ਪੇਸ਼ ਨਹੀਂ ਕੀਤਾ ਜਾਨੀ ਕਿ ਪੰਨੂ ਮਾਮਲੇ ਵਿੱਚ ਰੂਸ ਨੇ ਅਮਰੀਕਾ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਅਮਰੀਕਾ ਜਾਣ ਬੁਝ ਕੇ ਅਜਿਹੇ ਇਲਜ਼ਾਮ ਭਾਰਤ ਤੇ ਲਾ ਰਿਹਾ ਤਾਂ ਜੋ ਬਦਨਾਮ ਹੋ ਜਾਵੇ ਤੇ ਚੋਣਾਂ ਦੇ ਵਿੱਚ ਉਸ ਦਾ ਨੁਕਸਾਨ ਹੋ ਜਾਵੇ ਡੰਕੀ ਲਾਉਣ ਜਾ ਰਹੇ ਭਾਰਤੀਆਂ ਦੇ ਨਾਲ ਭਰਿਆ ਜਹਾਜ਼ ਜਮਾਇਕਾ ਤੋਂ ਦੁਬਈ ਵਾਪਸ ਭੇਜ ਦਿੱਤਾ ਗਿਆ ਹੈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਨ ਰਾਹੀਂ ਜਮਾਇਕਾ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ ਜਮਾਇਕਾ ਦੇ 5 ਦਿਨਾਂ ਟੂਰ ਤੇ ਪਹੁੰਚੇ ਇਹਨਾਂ ਭਾਰਤੀਆਂ ਦੇ ਦਸਤਾਵੇਜ਼ ਚੈੱਕ ਕਰਨ ਮੌਕੇ ਅਧਿਕਾਰੀਆਂ ਨੂੰ ਜਦੋਂ ਤਸੱਲੀ ਹੋ ਗਈ ਕਿ ਟੂਰਿਸਟ ਨਹੀਂ ਹਨ ਤਾਂ ਉਹਨਾਂ ਨੇ ਯਾਤਰੀਆਂ ਸਣੇ ਜਹਾਜ਼ ਨੂੰ ਪੁੱਠਾ ਮੋੜ ਦਿੱਤਾ ਇਸ ਘਟਨਾ ਨੇ ਪਿਛਲੇ ਸਾਲ ਫਰਾਂਸ ਵਿੱਚ ਘਟੀ ਮਿਲਦੀ ਜੁਲਦੀ ਘਟਨਾ ਜ਼ਰੂਰ ਚੇਤੇ ਕਰਵਾ ਦਿੱਤੀ ਹੈ ਜਮਾਇਕਾ ਦੇ ਦਾ ਗਲੀਨਰ ਡਾਟ ਸ਼ੀਟ ਵਿੱਚ شپੀ ਰਿਪੋਰਟ ਦੇ ਮੁਤਾਬਕ ਆਲਮੀ ਪੱਦਰ ਤੇ ਭਾਰਤੀ ਨਾਗਰਿਕਾਂ ਤੇ ਨਿਗਰਾਨੀ ਰੱਖੀ ਜਾਂਦੀ ਹੈ ਉਹਨਾਂ ਦੇ ਜੋਖਮ ਵਾਲੇ ਪ੍ਰੋਫਾਈਲ ਕਰਕੇ ਜਮਾਇਕਾ ਪਹੁੰਚਣ ਤੇ ਇੱਕ ਅਧਿਕਾਰੀ ਵੱਲੋਂ ਮੈਨੂਅਲੀ ਉਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਂਦੇ ਨੇ ਸਥਾਨਕ ਮੀਡੀਆ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕ ਜਿਨ੍ਹਾਂ ਵਿੱਚ ਬਹੁਤੇ ਪੁਰਸ਼ ਸਨ 5 ਦਿਨਾਂ ਟੂਰ ਲਈ ਜਮਾਇਕਾ ਪਹੁੰਚੇ ਸਨ ਪਰ ਜਦੋਂ ਉਹਨਾਂ ਦੇ ਕਾਗਜ਼ ਪੱਤਰ ਦੇਖੇ ਤਾਂ ਪਤਾ ਲੱਗਿਆ ਕਿ ਟੂਰ ਸਿਰਫ 1 ਦਿਨ ਦਾ ਸੀ ਕੁਝ ਭਾਰਤੀਆਂ ਦੇ ਯਾਤਰਾ ਦਸਤਾਵੇਜ਼ਾਂ ਦੇ ਵਿੱਚ ਗੜਬੜੀ ਵੀ ਪਾਈ ਗਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਰਤੀ ਨਾਗਰਿਕਾਂ ਨੂੰ ਮੁਲਕ ਵਿੱਚ ਦਾਖਲੇ ਤੋਂ ਫਿਰ ਨਾ ਕਰ ਦਿੱਤੀ ਪਰ ਅਥਾਰਟिटीज ਨੇ ਉਹਨਾਂ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਤੱਕ ਮਨੁੱਖੀ ਅਧਾਰ ਤੇ ਕਿੰਗਸਟਨ ਦੇ ਹੋਟਲ ਵਿੱਚ ਰੋਕਣ ਦੀ ਖੁੱਲ੍ਹ ਜ਼ਰੂਰ ਦਿੱਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਦੁਬਈ ਤੋਂ ਇੱਕ ਚਾਰਟਰਡ ਉਡਾਣ ਜਿਦੇ ਵਿੱਚ ਕਈ ਭਾਰਤੀ ਨਾਗਰਿਕ ਸਵਾਰ ਸਨ ਉਜਮਾਇਕਾ ਉਤਰੀ ਸੀ ਭਾਰਤੀ ਨਾਗਰਿਕਾਂ ਨੇ ਪਹਿਲਾਂ ਤੋਂ ਹੀ ਯਾਤਰਾ ਤੇ ਹੋਟਲ ਬੁਕਿੰਗਸ ਕਰਵਾਈਆਂ ਹੋਈਆਂ ਸਨ ਪਰ ਸਥਾਨਕ ਅਥਾਰਟिटीज ਉਹਨਾਂ ਦੇ ਦਸਤਾਵੇਜ਼ਾਂ ਤੋਂ ਸੰਤੁਸ਼ਟ ਨਹੀਂ ਸਨ ਕੁਝ ਦਿਨਾਂ ਬਾਅਦ 7 ਮਈ ਨੂੰ ਉਹਨਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਦੁਬਈ ਭੇਜ ਦਿੱਤਾ ਗਿਆ ਹੈ ਹਾਲਾਂਕਿ ਦੁਬਈ ਤੋਂ ਇਹ ਸਾਰੇ ਭਾਰਤੀ ਵਾਪਸ ਭਾਰਤ ਨਹੀਂ ਪਹੁੰਚੇ ਹਨ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਵੀ ਫ੍ਰੈਂਚ ਅਥਾਰਟिटीज ਨੇ ਮਨੁੱਖੀ ਤਸਕਰੀ ਦੇ ਸ਼ੱਕ ਕਰਕੇ 303 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਜਿਨ੍ਹਾਂ ਵਿੱਚੋਂ ਬਹੁ ਗਿਣਤੀ ਭਾਰਤੀਆਂ ਦੀ ਸੀ ਫਰਾਂਸ ਪਹੁੰਚੇ ਉਸ ਮਨੁੱਖੀ ਤਸਕਰੀ ਵਾਲੇ ਜਹਾਜ਼ ਨੂੰ ਵੀ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਜ਼ਾਹਿਰ ਤੌਰ ਤੇ ਸਾਰਾ ਕੁਝ ਲੋਟੂ ਏਜੰਟਾਂ ਦੇ ਕਰਕੇ ਹੁੰਦਾ ਹੈ